ਇੱਕ ਸਤਿਕਾਰਯੋਗ ਸ਼ਖਸੀਅਤ ਸਰਦਾਰ ਬਲਰਾਜ ਸਿੰਘ ਜੀ ਬੀਤੇ ਦਿਨੀ ਪਰਮਾਤਮਾ ਪਾਸੋਂ ਬਖਸ਼ੀ ਆਪਣੀ ਸਵਾਸਾਂ ਦੀ ਪੂੰਜੀ ਨੂੰ ਖਰਚਦੇ ਹੋਏ ਪੰਜਾਂ ਤੱਤਾਂ ਵਿੱਚ ਲੀਨ ਹੋ ਗਏ। ਸ਼੍ਰੀ ਬਲਰਾਜ ਸਿੰਘ ਜੀ ਆਪਣੇ ਪਿੱਛੇ ਆਪਣੇ ਪਰਿਵਾਰ ਵਿੱਚ ਪਿਤਾ ਹਾਕਮ ਸਿੰਘ, ਮਾਤਾ ਬਲਵਿੰਦਰ ਕੌਰ, ਪਤਨੀ ਕਿਰਨਜੀਤ ਕੌਰ, ਸਪੁੱਤਰ ਸੁਖਪ੍ਰੀਤ ਸਿੰਘ ਸੰਘਾ, ਦਿਲਪ੍ਰੀਤ ਸਿੰਘ ਸੰਘਾ, ਭਰਾ ਰਾਜਵਿੰਦਰ ਸਿੰਘ ਸੰਘਾ, ਭਰਜਾਈ ਰੁਪਿੰਦਰ ਕੌਰ ਸੰਘਾ, ਭੈਣ ਅਮਨਦੀਪ ਕੌਰ, ਭਨੋਈਆ ਸਤਿੰਦਰਜੀਤ ਸਿੰਘ ਅਤੇ ਸਮੂਹ ਪਰਿਵਾਰ ਨੂੰ ਛੱਡ ਗਏ। ਇਹਨਾਂ ਦੇ ਪਰਿਵਾਰ ਵੱਲੋਂ ਇਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਰੱਖੇ ਗਏ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਿੰਡ ਨੱਥੋਵਾਲ, ਤਹਿਸੀਲ ਰਾਏਕੋਟ, ਜ਼ਿਲ੍ਹਾ ਲੁਧਿਆਣਾ ਵਿਖੇ ਪਾਏ ਗਏ। ਇਸ ਮੌਕੇ 'ਤੇ ਆਈਆਂ ਹੋਈਆਂ ਸੰਗਤਾਂ ਦਾ ਇਹਨਾਂ ਦੇ ਪਰਿਵਾਰ ਵੱਲੋਂ ਤਹਿ ਦਿਲੋਂ ਧੰਨਵਾਦ ਵੀ ਕੀਤਾ ਗਿਆ। ਪ੍ਰੀਤਵਾਨ ਭਾਈ ਸਾਹਿਬ ਭਾਈ ਸਰਦਾਰ ਬਲਰਾਜ ਸਿੰਘ ਜੀ ਸੰਘਾ
ਆਪ ਦੀ ਦਿੱਤੀ ਹੋਈ ਸਵਾਸਾ ਪੂੰਜੀ ਨੂੰ ਭੋਗਦੇ ਹੋਏ ਕੁਝ ਦਿਨ ਪਹਿਲਾਂ ਅਕਾਲ ਕਲਾਣ ਕਰ ਗਏ ਸਨ। ਉਹਨਾਂ ਦੀ ਨਿਮਿਤ ਤਥਾ ਸਮੂਹ ਪਰਿਵਾਰ ਨੇ ਰਲ ਮਿਲ ਕੇ ਆਪਣੇ ਗ੍ਰਹਿ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇੱਕ ਸਹਿਜ ਪਾਠ ਪ੍ਰਾਰੰਭ ਕਰਵਾਏ। ਆਪ ਜੀ ਦੇ ਪਾਠੀ ਸਿੰਘਾਂ ਨੇ ਰਲ ਮਿਲ ਕੇ ਜਾਪ ਕੀਤੇ ਨੇ ਪਾਤਸ਼ਾਹ ਜੀ ਬਾਣੀ ਆਪ ਤੋਂ ਮਤ ਮਤ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਰੱਖਣਾ। ਸੰਤਾਂ ਮਹਾਂਪੁਰਖਾਂ ਦੀ ਸੰਗਤ ਬਖਸ਼ਿਓ ਸੇ ਪਿਆਰੇ ਮੇਰੇ ਜਿਨ੍ਹਾਂ ਨੇ ਆਪ ਜੀ ਦਾ ਨਾਮ ਦਿੱਤਾ ਵੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਿਹਾਰ ਸਤਿਆ ਪਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜਨਾਬੇ ਕੰਨੇ ਬਗਲਾ ਪੱਠਾ ਕੋਈ ਕਰੇ ਤੇਲ ਕਰਦੇ ਹੰਜ ਨੂੰ ਚੰਚੇ ਬਾਜ ਪਏ ਬਾਜ ਪਏ ਤੇ ਸਰਬ ਦੇ ਤੇਲਾ ਵਿਸਰੀਆਂ ਚੋਮਾ ਚੇਤਨਾ ਚੇਤੇ ਸਨ ਸੋ ਗਾਲੀ ਰੱਬ ਦੀ। ਇਸ ਦੁੱਖ ਦੀ ਘੜੀ ਦੇ ਵਿੱਚ ਦਾਸ ਕੋਈ ਬੋਲ ਨਹੀਂ ਸਕਦਾ ਕਿਉਂਕਿ ਦੁੱਖ ਹੀ ਐਸਾ ਵੱਡਾ। ਵੀਰਵਾਰ 14 ਤਰੀਕ ਤੋਂ ਸਾਡਾ ਨਗਰੀ ਲਈ ਇਲਾਕਾ ਸੋਗ ਦੇ ਵਿੱਚ ਚੁੱਪ ਚੁੱਪਾ। ਅੱਜ ਤੋਂ ਕੁਝ ਦਿਨ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਹਾਕਮ ਸਿੰਘ ਜੀ ਡਾਇਰੈਕਟਰ ਸਾਬਕਾ ਡਾਇਰੈਕਟਰ ਲੈਂਡਮਾਰਕ ਮਿਊਜ਼ੀਅਮ ਰੈਕੋਟ ਉਹਨਾਂ ਦੇ ਹੋਣਹਾਰ ਪੁੱਤਰ ਸਰਦਾਰ ਬਲਰਾਜ ਸਿੰਘ ਜੀ ਜੋ ਕਿ ਸਾਡੇ ਨਾਲੋਂ ਸਦਾ ਲਈ ਵਿਛੜ ਗਏ। ਬਹੁਤ ਹੀ ਇੱਕ ਪਹਾੜ ਜਿਹੜਾ ਜਿਹੜਾ ਦੁੱਖ ਆ ਉਹ ਸਰਦਾਰ ਹਾਕਮ ਸਿੰਘ ਜੀ ਅਤੇ ਸਮੁੱਚੇ ਪਰਿਵਾਰ 'ਤੇ ਆਣ ਪਿਆ ਜੋ ਕਿ ਵਧੀਆ ਇੱਕ ਹੱਸਦਾ ਵੱਸਦਾ ਪਰਿਵਾਰ ਲੈਣ ਵਾਸਤੇ ਅਸੀਂ ਇਕੱਤਰ ਹੋਏ ਹਾਂ। ਮੈਂ ਬਿਨਾਂ ਕਿਸੇ ਭੂਮਿਕਾ ਤੋਂ ਅਤੇ ਬਿਨਾਂ ਰੈਪੂਟੇਸ਼ਨ ਤੋਂ ਮੈਂ ਇੱਕੋ ਹੀ ਗੱਲ ਕਹਾਂਗਾ ਕਿ ਸਾਡਾ ਦੋਸਤ ਬਲਰਾਜ ਸਿੰਘ ਸਾਡੇ ਨਾਲ ਉਹਦੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਨੇ। ਜਦੋਂ ਵੀ ਅਸੀਂ ਆਪਣੀ ਯਾਦਾਂ ਦੇ ਜ਼ਹਿਰ ਨੂੰ ਲੂਣਾ ਦਿੰਦੇ ਹਾਂ ਜਾਂ ਬਲਰਾਜ ਦਾ ਕਿਸੇ ਨਾ ਕਿਸੇ ਤਰੀਕੇ ਕੋਈ ਜ਼ਿਕਰ ਹੁੰਦਾ ਮੈਂ ਆਪਣੇ ਵੱਲੋਂ ਪਰਿਵਾਰ ਵੱਲੋਂ ਸਮੂਹ ਸੰਗਤ ਦਾ ਧੰਨਵਾਦ ਵੀ ਕਰਦਾ ਕਿ ਅੱਜ ਆਪਾਂ ਵੱਡੀ ਗਿਣਤੀ ਦੇ ਵਿੱਚ ਇਸ ਉਹਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਏ ਹਾਂ। ਪਰਮਾਤਮਾ ਕਰੇ ਸਾਡੀ ਇਹ ਇੱਕ ਕਦਮ ਸਾਡੇ ਬਲਰਾਜ ਸਿੰਘ ਦੀ ਯਾਦ ਦੇ ਵਿੱਚ ਜੁੜ ਜਾਵੇ। ਅਸੀਂ ਜੋ ਇੱਕ ਇੱਕ ਸ਼ਬਦ ਹਮਦਰਦੀ ਦੇ ਪਰਿਵਾਰ ਨਾਲ ਪ੍ਰਗਟ ਕੀਤੇ ਨੇ ਪਰਮਾਤਮਾ ਬਲਰਾਜ ਸਿੰਘ ਜੀ ਦੀ ਆਤਮਾ ਨੂੰ ਲਗਾ ਦੇਵੇ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਰਨਾਂ 'ਚ ਨਿਵਾਸ ਬਖਸ਼ੇ ਪਰਿਵਾਰ ਨੂੰ ਇਸ ਭਾਣੇ ਦਾ ਅੰਨ ਦਾ ਫਲ ਅਤੇ ਉਹਨੂੰ ਬਖਸ਼ਿਸ਼ ਕਰੇ। ਨਾਮ ਬਾਣੀ ਦੇ ਨਾਲ ਹੀ ਇਸ ਦੁੱਖ ਨੂੰ ਘਟਾਇਆ ਜਾ ਸਕਦਾ ਗੱਲਾਂ ਬਾਤਾਂ ਨਾਲ ਨਾ ਹੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹਾ ਕੀ ਲਿਖਿਆ ਤਿਹਾ ਹੁਕਮ ਕਮਾਹੇ ਕਲਿਆ ਵੈਨਾਨਿਕਾ ਸਦੈ ਉਠੀ ਜਾਵੇ ਰਾਣਾ
ਜੀ ਸੋਰਠ ਮਹੱਲਾ ਨੌਵਾਂ ਜੋ ਨਾ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸੁਨੇਹ ਔਰ ਭੈ ਨਹੀਂ ਜਾਕਰ ਕੰਚਨ ਵਾਟੀ ਮਾਨੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸੁਨੇਹ ਔਰ ਭੈ ਨਹੀਂ ਜਾਕਰ ਕੰਚਨ ਵਾਟੀ ਮਾਨੈ ਰਹਾਉ ਨਹਿ ਨਿੰਦਿਆ ਨਹਿ ਉਸਤ ਜਾਕਰ ਲੋਭ ਮੋਹ ਅਭਿਮਾਨਾ ਹਰਕ ਸੋਗ ਤੇ ਰਹਿ ਨਿਆਰ ਨਾਹੀ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹਿ ਨਿਰਾਸਾ ਕਾਮ ਕ੍ਰੋਧ ਜੇ ਪਰਸ ਹੈ ਨਾਹਿਨ ਤੇ ਘਟ ਬ੍ਰਹਮ ਨਿਵਾਸ ਗੁਰ ਕਿਰਪਾ ਜਿਹ ਨਰ ਕਉ ਕੀਨੀ ਇਹ ਇਹ ਜੋਗ ਤਪਸਾਨੀ ਨਾਨਕ ਲੀਨ ਭੈਓ ਗੋਬਿੰਦ ਸਿਆ ਜਿਉ ਪਾਨੀ ਸੰਗ ਪਾਨੀ ਗੁਰ ਕਿਰਪਾ ਜਿਹ ਨਰ ਕਉ ਕੀਨੀ ਇਹ ਇਹ ਜੋਗ ਤਪਸਾਨੀ ਨਾਨਕ ਲੀਨ ਭੈਓ ਗੋਬਿੰਦ ਸਿਆ ਜਿਉ ਪਾਨੀ ਸੰਗ ਪਾਨੀ ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਨੌਵਾਂ ਗੁਣ ਗੋਬਿੰਦ ਗਾਇਓ ਨਹੀਂ ਜਨਮ ਕਾਰਤ ਕੀਨ ਕਹੁ ਨਾਨਕ ਹਰਿ ਭਜ ਮਨਾ ਜੇ ਵਿਦ ਜਲ ਕੋ ਮੀਨ ਵੇਖਿਆ ਰਸਿਓ ਕਾਹੀ ਰਚਿਓ ਨਿਮਖ ਨਾ ਹੋਵੇ ਉਦਾਸ ਕਹੁ ਨਾਨਕ ਨਰ ਬਾਬਰੀ ਕਿਉ ਨਾ ਭਜੈ ਭਗਵਾਨ ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ ਤੈਨ ਮੈਂ ਕਤ ਸੰਗੀ ਨਹੀਂ ਨਾਨਕ ਸਾਚੀ ਜਾਨ ਪਤ ਤੋ ਧਾਰਨ ਭੈ ਹਰਨ ਹਰ ਨਾਥ ਕੀ ਨਾਥ ਕਹੁ ਨਾਨਕ ਨਰ ਬਾਬਰੀ ਅਬ ਕਵ ਡੋਲਤ ਦੀਨ ਧਨ ਧਨ ਸੰਪੈ ਸੁਖ ਦਿਓ ਹਰ ਜਹ ਨੇਕੇ ਧਾਮ ਕਹੁ ਨਾਨਕ ਸੁਮਰੀ ਮਨਾ ਸਿਮਰਤ ਕਾਹੀ ਨਾਮ ਇਹ ਸਿਮਰਤ ਗਤ ਪਾਈਐ ਤੇ ਭਜਰੀ ਤੈ ਪ੍ਰੀਤ ਕਹੁ ਨਾਨਕ ਸੁਮਰੀ ਮਨਾ ਔਦ ਘਟਤ ਹੈ ਨੀਤ ਪਾਂਚ ਤਤ ਤੂ ਤਨ ਰਚਿਓ ਜਾਨ ਹੋ ਚਤੁਰ ਸੋ ਜਾਨ ਜੇ ਤੇ ਉਪਜੋ ਨਾਨਕ ਲੀਨ ਤਾਹੀ ਮੈਂ ਮਾਨ ਘਟ ਘਟ ਹੈ ਹਰ ਗੁਰਵਸ ਤਨ ਤਨ ਕਹਿਓ ਪੁਕਾਰ ਕਹੁ ਨਾਨਕ ਤੇ ਭਜ ਮਨਾ ਭਉ ਨਿਤ ਉਤਰ ਹੈ ਪਾਰ ਸੁਖ ਦੁੱਖ ਜੇ ਪਰਤ ਹੈ ਨਹੀਂ ਲੋਭ ਮੋਹ ਅਪਮਾਨ ਕਹੁ ਨਾਨਕ ਸੁਨਰੀ ਮਨਾ ਸੋ ਮੂਰਤ ਭਗਵਾਨ ਉਸਤਤ ਨਿੰਦਿਆ ਨਾਹੀ ਜੇ ਕੰਚਨ ਲੋ ਸਮਾਨੀ ਕਹੁ ਨਾਨਕ ਸੁਨਰੀ ਮਨਾ ਮੁਕਤ ਤਾਈ ਤੈ ਜਾਣੇ ਹਰਿਕ ਸੋਗ ਜਾ ਕੈ ਨਹੀਂ ਬੈਰੀ ਗੀਤ ਸਮਾਨ ਕਹੁ ਨਾਨਕ ਸੁਨਰੀ ਮਨਾ ਮੁਕਤ ਤਾਈ ਤੈ ਜਾਨ ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨ ਧਿਆਨ ਕਹੁ ਨਾਨਕ ਸੁਨਰੀ ਮਨਾ ਗਿਆਨੀ ਤਾਈ ਬਖਾਨ
ਜੇ ਵਿਖਿਆ ਸਗਲੀ ਤਜੀ ਲਿਉ ਭੇਕ ਬੈਰਾਗ ਕਹੁ ਨਾਨਕ ਸੁਨਰੀ ਮਨਾ ਤੇ ਨਰ ਮਾਥੈ ਭਾਗ ਜੇ ਮਾਇਆ ਮਮਤਾ ਤਜੀ ਸਭ ਤੇ ਭੈਉ ਉਦਾਸ ਕਹੁ ਨਾਨਕ ਸੁਨਰੀ ਮਨਾ ਤੇ ਘਟ ਬ੍ਰਹਮ ਨਿਵਾਸ ਜੇ ਪ੍ਰਾਣੀ ਹੋ ਮੈਂ ਤਜੀ ਕਰਤਾ ਰਾਮ ਪਸਾਨ ਕਹੁ ਨਾਨਕ ਭਉ ਮੁਕਤ ਨਾਰ ਏ ਮਨ ਸਾਚੀ ਮਾਨ ਭੈ ਨਾਥਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ ਨਿਤ ਦਿਨ ਜੋ ਨਾਨਕ ਭਜੈ ਸਫਲ ਹੋਏ ਤੇ ਕਾਮ ਜੇ ਵਾ ਗੁਣ ਗੋਬਿੰਦ ਭਜੋ ਕਰਨ ਸੁਣੋ ਹਰ ਨਾਮ ਕਹੁ ਨਾਨਕ ਸੁਨਰੀ ਮਨਾ ਪੜ੍ਹੈ ਨ ਜਮ ਕੈ ਧਾਮ ਹਰਿਆਰ ਭਜਨ ਬਿਨਾ ਪਰਤ ਤਾਈ ਜਮ ਪੰਦ ਸੁਖ ਮੈਂ ਬਹੁ ਸੰਗੀ ਭਰੀ ਦੁਖ ਮੈਂ ਸੰਗ ਨ ਕੋਈ ਕਹੁ ਨਾਨ ਹਰ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਇ ਜਨਮ ਜਨਮ ਭਰਮਤ ਫਿਰਿਓ ਮਿਟੁ ਨ ਜਮ ਕੋ ਤ੍ਰਾਸ ਕਹੁ ਨਾਨਕ ਹਰ ਭਜ ਮਨਾ ਨਿਰਭੈ ਪਾਵੈ ਵਾਸ ਜਤਨ ਬਹੁਤ ਮੈਂ ਕਰ ਰਹਿਓ ਮਿਟਿਓ ਨ ਮਨ ਕੋ ਮਾਨ ਦੁਰਮਤ ਸਿਉ ਨਾਨਕ ਫਦਿਓ ਰਾਖ ਲਿਓ ਭਗਵਾਨ ਵਾਲ ਜੋ ਅਨਵਰ ਵਿਰਦ ਖੁਨ ਤੀਨ ਅਵਸਥਾ ਜਾਨ ਕਹੁ ਨਾਨਕ ਹਰ ਭਜਨ ਬਿਨਾ ਮਿਰਤਾ ਸਭ ਹੀ ਮਾਨ ਕਰਨ ਹੋ ਦੋ ਸੋ ਨਾ ਕਿਉ ਪਰਿਓ ਲੋਭ ਕੈ ਫੰਦ ਰਾਹਤ ਕਸ ਔਰੈ ਕੀ ਔਰੈ ਭਈ ਜਤ ਤਰਿਉ ਡਗੌਰ ਨਾਨਕ ਪਾਤੀ ਗਲ ਪਰੇ ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨ ਕੋਈ ਕਹੁ ਨਾਨਕ ਸੁਨਰੀ ਮਨਾ ਹਰ ਭਾਵੈ ਸੋ ਹੋਈ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ ਕਹੁ ਨਾਨਕ ਮਨ ਸਿਮਰਤੇ ਪੂਰਨ ਹੋਵੈ ਕਾਮ ਝੂਠੈ ਮਾਨ ਕਹਾਂ ਕਰੈ ਜਗ ਸੁਪਨੇ ਜਿਉ ਜਾਣ ਤੈਨ ਮੈਂ ਕਛੁ ਤੇਰੋ ਨਹੀਂ ਨਾਨਕ ਕਹਿਓ ਬਖਾਨ ਗਰਭ ਕਰਤ ਹੈ ਦੇਹ ਕੋ ਵੈਸੈ ਸਨ ਮੈਂ ਮੀਤ ਜੇ ਪ੍ਰਾਣੀ ਹਰ ਜਸ ਕਹਿਓ ਨਾਨਕ ਤੇ ਜਗ ਜੀਤ ਜੇ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਤੇ ਨਰ ਹਰਿ ਅੰਤਰ ਨਹੀਂ ਨਾਨਕ ਸਾਚੀ ਮਾਨ ਸਵਾਮੀ ਕੋ ਗ੍ਰਹਿ ਜੋ ਸਦਾ ਸਵਾਨ ਤਾਇਤ ਨਹੀਂ ਨਿਤ ਨਾਨਕ ਇਹ ਬਿਦ ਹਰਿ ਭਜੋ ਇੱਕ ਮਨ ਹੋਈ ਇੱਕ ਚਿੱਤ ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ ਨਾਨਕ ਨੇ ਫਲ ਜਾਤ ਤੇ ਜਿਉ ਕੁੰਚਰ ਅਸਨਾਨ ਸਿਰ ਕਾਮ ਕੋ ਪਗ ਡਗਮ ਕੈ ਨੈਨ ਜੋਤ ਤੇ ਹੀਨ ਕਹੁ ਨਾਨਕ ਇਹ ਬਿਦ ਭਈ ਤਉ ਨ ਹਰ ਰਸ ਲੀਨ ਨਿਜ ਕਰ ਦੇਖਿਓ ਜਗਤ ਮੈਂ ਤੂ ਕਹੁ ਕੋ ਨਾਹੀ ਨਾਨਕ ਤੇਰ ਹਰ ਭਗਤ ਹੈ ਤੇ ਰਾਖੋ ਮਨ ਮਾਹੀ ਜਗ ਰਚਨਾ ਸਭ ਝੂਠ ਹੈ ਜਾਣ ਲਿਹੋ ਰੇ ਮੀਤ ਕਹਿ ਨਾਨਕ ਥਿਰ ਨਾਰ ਹੈ ਜਿਉ ਬਾਲੂ ਕੀ ਪੀਤ ਰਾਮ ਗਇਓ ਰਾ ਚਿੰਤਾ ਤਾਂ ਕੀ ਕੀਜੀਐ ਜੋ ਅਨਹੋਣੀ ਹੋਈ ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ ਜੋ ਅਪਜੋ ਸੋ ਬਿਨਸ ਹੈ ਪਰੋ ਆਜ ਕੈ ਟਾਲ ਨਾਨਕ ਅਨ ਕੋਟਾਲ ਗਾਜੋ ਸਹਾਰ ਮਲ ਹੋਆ ਬੰਦਨ ਸੁੱਟ ਸੰਗ ਸਹੋ ਤੋ ਪਾਈ ਨਾਨਕ ਸਭ ਤਕ ਮਰੇ ਹਾਥ ਮੈਂ ਤੁਮਹੀ ਹੋ ਤੋ ਸਹਾਈ ਸੰਗ ਸਖਾ ਸਭ ਤਜ ਗਏ ਕੋ ਨਨ ਦਿਉ ਸਾਥ ਕਉ ਨਾਨਕ ਏ ਵਿਪਤ ਮੈਂ ਕੀ ਕੁਰਬਨਾਥ
राम रहियो साधु रहियो रहियो गुरु गोविंद कौना लगिए जगत में जपियो Thank you.
ਕੀਰਤਨ ਕਰਿਓ ਨਿਰਮਾਨ ਕੀਓ ਕੀਤੋ ਗੋਪਾਲ ਪੰਡਤ ਸਦਿਓ ਮਹਾਂ ਪਾਲੇ ਤੋ ਦਿਨ ਆ
ਜਾ ਕੇ ਵਿਸ਼ਨੂੰ ਭਗਵਾਨ ਜੀ ਨੂੰ ਸਾਰੀ ਵਿੱਦਿਆ ਦੱਸਣਾ ਕੀਤੀ ਹੈ। ਇਹ ਨੌਜਵਾਨ ਬੜਾ ਦਿਆਲੂ ਹੈ, ਬੜਾ ਸੇਵਾਦਾਰ ਹੈ, ਹਰੇਕ ਦਾ ਹਾਮੀ ਹੈ, ਹਰੇਕ ਦੀ ਮਦਦ ਕਰਨ ਵਾਲਾ ਹੈ। ਤੇ ਆਪ ਕਿਰਪਾ ਕਰਕੇ ਦੀ ਜਿਹੜੀ ਉਹਨੇ ਵੀ ਜਵਾਬ ਦੇ ਦਿੱਤਾ ਤੇ ਕਿਹਾ ਕਿ ਆਪਾਂ ਧਰਮਰਾਜ ਜੀ ਪਾਸ ਚੱਲਦੇ ਹਾਂ ਤੇ ਆਪਾਂ ਉਹਦੇ ਕੋਲ ਚੱਲ ਕੇ ਦੇਖਦੇ ਹਾਂ ਕਿ ਇਹਦੀ ਉਮਰ ਕਿਤਨੀ ਖਾਤਾ। ਤੇ ਗੁਰੂ ਪਿਆਰੀ ਸੰਗਤ ਜਦੋਂ ਪੰਜੇ ਜਾਣੇ ਇਕੱਠੇ ਹੋ ਕੇ ਗਏ ਨੇ ਤੇ ਉਹ ਨੌਜਵਾਨ ਨੂੰ ਬਾਹਰ ਖੜਾ ਦਿੱਤਾ ਤੇ ਆਪ ਚਾਰੇ ਜਾਣੇ ਅੰਦਰ ਚੱਲੇ ਗਏ ਤੇ ਧਰਮਰਾਜ ਨੂੰ ਬੇਨਤੀ ਕੀਤੀ ਜੇ ਦਊਗਾ ਹਿਸਾਬ ਕਿਤਾਬ ਦੇਖਿਆ ਤੇ ਉਹਨੇ ਕਹਿਣਾ ਕੀਤਾ ਕਿ ਭਾਈ ਬਹੁਤ ਮਾੜਾ ਕੰਮ ਹੋਇਆ, ਇਹਦੀ ਜਿਹੜੀ ਉਮਰ ਸੀ ਉਹ ਤਾਂ ਬੜੀ ਲੰਬੀ ਸੀ ਪਰ ਤੁਸੀਂ ਪੰਜਾਂ ਜਾਣਿਆਂ ਨੇ ਇਕੱਠੇ ਹੋਣਾ ਸੀ ਤੇ ਇਹਦੀ ਮੌਤ ਹੋ ਜਾਣੀ ਹੈ, ਤੁਸੀਂ ਬਾਹਰ ਜਾ ਕੇ ਦੇਖੋ ਕਿ ਉਹ ਨੌਜਵਾਨ ਕਿਸ ਤਰ੍ਹਾਂ ਹੈ। ਤੇ ਜੋ ਵੀ ਸੀ ਇਹਦੀ ਜਿਹੜੀ ਲਿਖਤਕਾਰ ਸੀ ਉਹ ਇਸੇ ਤਰ੍ਹਾਂ ਹੀ ਸੀ, ਤੁਸੀਂ ਆਪ ਨੇ ਇਕੱਠੇ ਹੋਣਾ ਸੀ ਤੇ ਇਹਦੀ ਮਿਰਤੂ ਹੋਣੀ ਸੀ। ਤੇ ਗੁਰੂ ਪਿਆਰੀ ਸੰਗਤ ਪਾਤਸ਼ਾਹ ਕਹਿੰਦੇ ਆ ਲੇਖ ਨਾ ਮਿਟਹੀ ਹੇ ਸਖੀ ਜੋ ਲਿਖਿਆ ਕਰਤਾਰ। ਜਦੋਂ ਬੱਚਾ ਜਨਮ ਲੈਂਦਾ ਹੈ ਤੇ ਉਹਦੀ ਜਿਹੜੀ ਲੇਖ ਆ ਉਹ ਲਿਖ ਦਿੱਤੇ ਜਾਂਦੇ ਆ, ਜਿਵੇਂ ਆਪਾਂ ਆਮ ਹੀ ਕਹਿ ਦਿੰਦੇ ਹਾਂ ਕਿ ਵਿਆਹ ਮਾਤਾ ਨੇ ਅੱਖਰ ਧਰ ਦਿੱਤੇ। ਤੇ ਗੁਰੂ ਪਿਆਰੀ ਸੰਗਤ ਜਗਤ ਦੇ ਵਿੱਚ ਸੰਸਾਰ ਦੇ ਵਿੱਚ ਆਉਣ ਤੋਂ ਪਹਿਲਾਂ ਜਿਸ ਤਰ੍ਹਾਂ ਸਤਿਗੁਰੂ ਸਾਨੂੰ ਸਮਝਾਉਣਾ ਕਰਦੇ ਆ ਮਰਨ ਲਿਖਾਏ ਮੰਡਲ ਮਹਿਆਏ, ਜਨਮ ਲੈਣ ਤੋਂ ਪਹਿਲਾਂ ਉਹਦਾ ਮਰਨਿਆ ਲਿਖਿਆ ਜਾਂਦਾ ਹੈ, ਉਹ ਕਿਸ ਤਰ੍ਹਾਂ ਦਾ ਮਰਨਾ ਹੈ, ਕਿਸ ਤਰ੍ਹਾਂ ਦੀ ਮੌਤ, ਕਿਆ ਜਾਣਨਾ ਤਬ ਮਰੇਂਗੇ, ਕੈਸਾ ਮਰਨਾ ਹੋਵੇ, ਇਹ ਸਾਰਾ ਸਤਿਗੁਰੂ ਨੂੰ ਹੀ ਪਤਾ ਹੈ ਇਸ ਨੂੰ। ਤੇ ਗੁਰੂ ਪਿਆਰੀ ਸੰਗਤ ਆਪਾਂ ਨੂੰ ਇਹਦੇ ਬਾਰੇ ਕੋਈ ਵੀ ਪਤਾ ਨਹੀਂ, ਕਿਉਂਕਿ ਜਿੰਨੀ ਕੁ ਸਾਡੀ ਜਿਹੜੀ ਸਵਾਸਾ ਦੀ ਪੂੰਜੀ ਹੈ ਉਹ ਸਤਿਗੁਰੂ ਲਿਖ ਕੇ ਭੇਜਦੇ ਆ ਤੇ ਜਿਸ ਤਰ੍ਹਾਂ ਦਾ ਉਹਦਾ ਹੁਕਮ ਹੁੰਦਾ ਹੈ ਤੇ ਉਸੇ ਤਰ੍ਹਾਂ ਉਹ ਭੋਗ ਕੇ ਇੱਕ ਨਾ ਇੱਕ ਦਿਨ ਸੰਸਾਰ ਤੋਂ ਇਨਸਾਨ ਕੁਝ ਕਰ ਜਾਂਦਾ ਹੈ। ਤੇ ਆਓ ਪਾਵਨ ਸ਼ਬਦ ਸਰਵਣ ਕਰੋ। ਜੋ ਮਨ ਕਿਤੇ ਨਾ ਕਿਤੇ ਸਨ ਤੋ ਗਲੀ ਰੱਖਿਆ ਪ੍ਰੀਤ
ਬੰਦਾ ਜਗਤ ਦੇ ਰੰਗ ਤਮਾਸਿਆਂ ਦੇ ਵਿੱਚ ਮਸਤ ਹੈ ਬਗਲਾ ਕਲੋਲ ਕਰਦਾ ਹੈ ਉਸ ਕਲੋਲ ਕਰਦੇ ਬਗਲੇ ਨੂੰ ਜਿਸ ਤਰ੍ਹਾਂ ਬਾਬਾ ਫਰੀਦ ਜੀ ਅਗਲੀਆਂ ਪੰਕਤੀਆਂ ਦੇ ਵਿੱਚ ਰਸਨਾ ਕਰਦੇ ਹੈ ਮੌਤ ਦੇ ਦੂਰ ਤਾਂ ਪੜਦੇ ਆ ਸਤਨਾਮ ਵਾਹਿਗੁਰੂ ਨਗਰ ਵਾਸੀਆਂ ਦੇ ਇਲਾਕੇ ਨੇ ਉਸ ਨੌਜਵਾਨ ਦਾ ਦੁੱਖ
ਦੁੱਖ ਮਨਾਇਆ। ਤੁਸੀਂ ਦੇਖ ਲਿਓ ਘਰਾਂ ਦੇ ਵਿੱਚ ਪੁੱਤਰ ਉਹ ਵੀ ਹੈ, ਪੁੱਤਰ ਤਿੰਨ ਤਰ੍ਹਾਂ ਦੇ ਨੇ, ਇੱਕ ਤਾਂ ਪੁੱਤਰ ਹੁੰਦਾ, ਇੱਕ ਸਪੁੱਤਰ, ਇੱਕ ਕਪੁੱਤਰ। ਕਿਉਂਕਿ ਉਹ ਭਲਾਈ ਦੇ ਕੰਮ ਕਰਨ ਵਾਲਾ ਨੌਜਵਾਨ, ਪਰ ਗੁਰੂ ਪਿਆਰੀ ਸੰਗਤ ਕਰਿਆ ਕਿ ਨਹੀਂ ਜਾ ਸਕਦਾ। ਪਤਾ ਨਹੀਂ ਉਹਨੇ ਜਾਣਾ ਕਰਕੇ ਸਾਡੇ ਕੋਲ ਇੰਨਾ ਮੋਹ, ਨਗਰ ਦੇ ਵਿੱਚ ਇਲਾਕੇ ਦੇ ਵਿੱਚ ਪਿਆਰ ਤੇ ਪਰਿਵਾਰ ਦੇ ਵਿੱਚ ਤਾਂ ਹੋਣਾ ਹੀ। ਪਰ ਗੁਰੂ ਪਿਆਰੀ ਸੰਗਤ ਬਾਬੀ ਪਰੇ ਕੇ ਤੇਰਾ ਵੀ ਤੇ
ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ
ਜੀ ਵਾਹਿਗੁਰੂ ਜੀ ਬਖਸ਼ੋ ਸਿੱਖਾਂ ਸਿੱਖੀ ਦਾਨ ਕੇਤ ਦਾਨ ਰਹਿਤ ਦਾਨ ਵਿਵੇਕ ਦਾਨ ਸਾਹੁ ਦਾਨ ਪ੍ਰਭਤਾ ਦਾਨ ਦਾਨ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਸਨਾਨ ਚੌਂਕੀਆਂ ਝੰਡੇ ਪੂੰਗੇ ਯੁਗ ਯੁਗ ਦਾ ਧਰਮ ਕਾ ਜੈ ਜੈਕਾਰ ਬੋਲੋ ਜੀ ਵਾਹਿਗੁਰੂ ਜੀ ਬੋਲੋ ਜੀ ਵਾਹਿਗੁਰੂ ਜੀ ਆਪ ਹੀ ਦੇ ਸਿੱਖਾਂ ਦਾ ਮਾਨੀ ਮਾਂ ਮਤ ਉੱਚੀ ਮਤ ਪਤ ਕਾ ਰਾਖਾ ਹੀ ਕਲਪਤ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੋਂ ਲੈ ਕੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਸੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਦਾਤ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾਈ ਨੂੰ ਬਖਸ਼ੋ ਹੀਨ ਮਾਣਿਆਂ ਦੇ ਮਾਣ ਤਣਿਆਂ ਦੀ ਤਾਂ ਨਿਊਟਿਆਂ ਦੀ ਓਟ ਨੇ ਆਸਰਿਆਂ ਦੇ ਆਸਰੇ ਧੰਨ 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 ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ 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 ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾਂ ਕੋਲ ਆਪਾਂ ਸਰਦਾਸ ਬੇਨਤੀ ਹੈ ਆਪ ਜੀ ਦੇ ਹੁਕਮ ਅਨੁਸਾਰ ਜਿਹਾ ਚਿਰ ਲਿਖਿਆ ਤਿਹਾ ਹੁਕਮ ਕਮਾਹੇ ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਹੇ ਦੇ ਮਾਂ ਬਾਪ ਅਨੁਸਾਰ ਆਪ ਹੀ ਦਰ ਘਰ ਦੇ ਪ੍ਰੀਤਵਾਨ ਭਾਈ ਸਾਹਿਬ ਭਾਈ ਸਰਦਾਰ ਬਲਰਾਜ ਸਿੰਘ ਜੀ ਸੰਗਾ ਆਪ ਦੀ ਦਿੱਤੀ ਹੋਈ ਸਵਾਸਾ ਪੂੰਜੀ ਨੂੰ ਭੋਗਦੇ ਹੋਏ ਕੁਝ ਦਿਨ ਪਹਿਲਾਂ ਕਾਲ ਕਲਣ ਕਰ ਗਏ ਸਨ ਉਹਨਾਂ ਦੀ ਨਿਵਿੱਤ ਤਥਾ ਸਮੂਹ ਪਰਿਵਾਰ ਨੇ ਰਲ ਮਿਲ ਕੇ ਆਪਣੇ ਗ੍ਰਹਿ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਸਹਿਜ ਪਾਠ ਪ੍ਰਾਰੰਭ ਕਰਵਾਏ ਆਪ ਜੀ ਦੇ ਪਾਠੀ ਸਿੰਘਾਂ ਨੇ ਰਲ ਮਿਲ ਕੇ ਜਾਪ ਕੀਤੇ ਨੇ ਪਾਤਸ਼ਾਹ ਜੀ ਬਾਣੀ ਆਪ ਤੋਂ ਮੱਧ ਮੱਧ ਤੋਂ ਅੰਤ ਅਣਜਾਣ ਦੇ ਜਥੇ ਤੋਂ ਕੀਰਤਨ ਕਰਦੇ ਹਾਂ ਸਮੂਹ ਪਰਿਵਾਰ ਤੋਂ ਸੇਵਾ ਕਰਦੇ ਹਾਂ ਅੰਤ ਵਧਾਵਾ ਹੋਈਆਂ ਕਿਹਨਾਂ ਦੱਸਿਓ ਬੜੀ ਸੋਹਣੀ ਬਾਣੀ ਤੋੜ ਕੇ ਸਤਸੰਗ ਪ੍ਰਵਾਨਿਤ ਕਰਿਓ ਬਾਣੀ ਦਾ ਫਲ ਪਾਲ ਉਸ ਵਿੱਚ ਵੀ ਉਹਨੂੰ ਬਰਕਤ ਕਰਿਓ ਪਾਤਸ਼ਾਹ ਜੀ ਉਹ ਭਾਈ ਕੁਲਰਾਜ ਸਿੰਘ ਜੀ ਤੋਂ ਸੰਸਾਰਕ ਯਾਤਰਾ ਕਰਦੀਆਂ ਸੁੱਤ ਭਲਾਵਾ ਹੋ ਕੇ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਮਾਫ ਕਰਨਾ ਸਤਿਗੁਰੂ ਜੀ ਆਪ ਦੇ ਚਰਨਾਂ ਦੇ ਵਿੱਚ ਨਿਵਾਸ ਸਨ ਬਖਸ਼ਣਾ ਕਿਸੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਸੁਣਾ ਸਤਿਗੁਰੂ ਜੀ ਤਥਾ ਸਾਨੂੰ ਪਰਿਵਾਰ ਵੱਲੋਂ ਸਤਿਗੁਰੂ ਜੀ ਆਪ ਜੀ ਨੂੰ ਸੁੰਦਰ ਪਸਾਕੇ ਪਹਿਨਾਏ ਗਏ ਆਪ ਜੀ ਅੰਗੀਕਾਰ ਕਰੋ ਸੇਵਕਾਂ ਦੇ ਲੋਕ ਪ੍ਰਲੋਕ ਪਰਦੇ ਕੱਜਣੇ ਆਪ ਸਾਨੂੰ ਸਹਾਈ ਹੋ ਕੇ ਚੜ੍ਹਦੀਆਂ ਕਲਾਵਾਂ ਮਖਸੂਸ ਕਰਨਗੀਆਂ ਤਥਾ ਸਾਨੂੰ ਪਰਿਵਾਰ ਵੱਲੋਂ ਦਸਾਂ ਨਹਾਉਂਦੀ ਕਿਰਤ ਕਮਾਈ ਨੂੰ ਸਫਲ ਕਰਦੀਆਂ ਉੱਤਮ ਕੜਾ ਪ੍ਰਸਾਦ ਦੀਆਂ ਦੇਗਾਂ ਸੱਜ ਕੇ ਹਾਜ਼ਰ ਨੇ ਕਰੀਂ ਪਾਤਸ਼ਾਹ ਸੋਚ ਪਵਿੱਤਰਾ ਹੁਣ ਲਾਭੋ ਭੋਗ ਹਰ ਰਾਏ ਆਪ ਜੀ ਭੋਗ ਲਾਓ ਲੱਗਿਆ ਭੋਗ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੋ ਜੀ ਸਕੇ ਸੋ ਆਪ ਜੀ ਦਾ ਨਾਮ ਜਪੇ ਸਤਿਗੁਰੂ ਜੀ ਆਪ ਦੀਆਂ ਬੇਅੰਤ ਸੰਗਤਾਂ ਨੇ ਆਪ ਜੀ ਦੇ ਪਾਵਨ ਪਰਿਵਾਰ ਦੀਆਂ ਹਾਜ਼ਰੀਆਂ ਭਰੀਆਂ ਨੇ ਸਰਬੱਤ ਸੰਗਤ ਦੀਆਂ ਹਾਜ਼ਰੀਆਂ ਦਰ ਪਰਿਵਾਰ ਨੂੰ ਕਰਿਓ ਤਿਲ ਫੁਲ ਭੇਟਾਵਾਂ ਮਨਜ਼ੂਰ ਕਰਿਓ ਆਪ ਦੇ ਦਰੋਂ ਘਰੋਂ ਸਮੂਹ ਸੰਗਤ ਨੂੰ ਚੜ੍ਹਦੀਆਂ ਕਲਾਵਾਂ ਬਖਸ਼ ਕਰਿਓ ਗੁਰਸਿੱਖੀ ਜੀਵਨ ਦੀ ਤਾਤ ਬਖਸ਼ਿਓ ਸਤਿਗੁਰੂ ਜੀ ਕਿਰਪਾ ਕਰੋ ਅੱਲਾ ਹੀ ਹੁਕਮਨਾਮੇ ਬਖਸ਼ ਕਰੋ ਹੁਕਮਨਾਮਿਆਂ ਤੇ ਚੱਲਣ ਦਾ ਬਲ ਬਖਸ਼ੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਰੱਖਣਾ ਸੰਤਾਂ ਮਹਾਂਪੁਰਖਾਂ ਦੀ ਸੰਗਤ ਬਖਸ਼ਿਓ ਸੇ ਪਿਆਰੇ ਮੇਲੇ ਜਿਨ੍ਹਾਂ ਨੇ ਆਪ ਜੀ ਦਾ ਨਾਮ ਚਿੱਤਾ ਵੀ ਨਾਨਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਹਾਰ ਸਤਿਗੁਰੂ ਪਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਚਲੇ ਮਸਾਇਕ ਸੇਕ ਮਹਲਾ ਪੰਜਵਾਂ
ਜਨਮ ਜਨਮ ਕੀ ਮੈਲ ਗਈ ਗੁਰਪੁਰ ਮੇਰੀ ਰਾਖ ਲਈ ਅੰਮ੍ਰਿਤ ਨਾਮ ਹਿਰਦੈ ਮਾ ਦੀਨਾ ਜਨਮ ਜਨਮ ਕੀ ਮੈਲ ਗਈ ਲਿਵਰ ਦੋਤ ਦੋਟ ਮੇਰਾਈ ਗੁਰ ਪੂਰੀ ਕਾ ਜਪਿਆ ਜਾਪ ਕਾ ਕਰ ਕੋਈ ਵਿਚਾਰ ਪ੍ਰਭ ਮੇਰੀ ਕਾ ਵਡ ਪ੍ਰਤਾਪ ਸਿਮਰ 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 ਸੁਖ ਪਾਇਆ ਚਰਮ ਕਮਲ ਰਖ ਮਨ ਮਾਹੀ ਤਾਂ ਕੀ ਸ਼ਰਮ ਪਰਿਓ ਨਾਨਕ ਦਾਸ ਜਾਤੇ ਉਪਰ ਕੋ ਨਾਹੀ ਸਿਮਰ 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 ਸੁਖ ਪਾਇਆ ਚਰਮ ਕਮਲ ਰਖ ਮਨ ਮਾਹੀ ਤਾਂ ਕੀ ਸ਼ਰਨ ਪਰਿਓ ਨਾਨਕ ਦਾਸ ਯਾਤੇ ਉਪਰ ਕੋ ਨਾਹੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਮੌਤ ਬਾਰੇ ਸਭ ਜੀਵਾਂ ਨੂੰ ਸੁਚੇਤ ਕਰਦੀ ਹੈ ਜੋ ਜੋ ਸੋ ਸਾਹਿਬ ਪਰੋ ਅੱਜ ਕੇ ਕਾਲ ਨਾਨਕ ਹਰਗੁਣ ਗਾਇ ਲੈ ਸਾਰ ਸਗਲ ਚੰਗਾ ਜਨਾਵੇ ਕੰਨੇ ਬਗਲਾ ਪੱਠਾ ਤੇਲ ਕਰੇ ਤੇਲ ਕਰਦੇ ਹੰਜ ਨੂੰ ਚੰਚੇ ਬਾਜ ਪਏ ਬਾਜ ਪਏ ਤਸ ਰੱਬ ਦੇ ਤੇਲਾਂ ਵਿਸਰੀਆਂ ਚੋਵਾਂ ਚੇਤਨਾ ਚੇਤੇ ਸਨ ਸੋ ਗਾਲੀ ਰੱਬ ਦੀ। ਇਸ ਦੁੱਖ ਦੀ ਘੜੀ ਦੇ ਵਿੱਚ ਦਾਸ ਕੋਈ ਬੋਲ ਨਹੀਂ ਸਕਦਾ ਕਿਉਂਕਿ ਦੁੱਖ ਹੀ ਐਸਾ ਵੱਡਾ। ਵੀਰਵਾਰ 14 ਤਰੀਕ ਤੋਂ ਸਾਡਾ ਨਗਰੀ ਲਈ ਇਲਾਕਾ ਸੋਗ ਦੇ ਵਿੱਚ ਡੁੱਬ ਚੁੱਕਾ। ਇਸ ਕਾਂਗਰਸ ਸਰਦਾਰ ਹਾਕਮ ਸਿੰਘ ਜੀ ਦੇ ਹੋਣਹਾਰ ਸਪੁੱਤਰ ਕਾਕਾ ਬਲਰਾਜ ਸਿੰਘ ਜੀ ਸੰਘਾ 14 ਤਰੀਕ ਨੂੰ ਤਕਰੀਬਨ ਇੱਥੋਂ 11 ਵਜੇ ਜਗਰਾਉਣ ਕਿਸੇ ਕੰਮ ਕਰਾਉਣ ਜਾ ਰਹੇ ਸੀ ਕਿਸੇ ਦਾ। ਜਦ ਉਹ ਕਮਾਲਪੁਰੇ ਦਾ ਜੋ ਜੰਮਿਆ ਰੋਡ ਟੀ ਜੰਕਸ਼ਨ ਰੋਡ ਹੈ ਉੱਥੋਂ ਦੀ ਕਲਾਸ ਕਰਕੇ ਗਏ ਪਰ ਉਸ ਸਮੇਂ ਉਹ ਸਥਾਨ ਸੀਗਾ ਸਮਾਂ ਨਹੀਂ ਸੀ ਸਵਾਸ ਨਹੀਂ ਸਨ ਅਤੇ ਉਹ ਕਾਰਨ ਵੀ ਬਣਨਾ ਸੀ ਜੋ ਫਿਰ ਜਿਹਨੇ ਉਸ ਨੂੰ ਮਾਰਨਾ ਸੀ ਉਹ ਵੀ ਨਹੀਂ ਪਹੁੰਚੀ। ਮੁੜਦੇ ਸਮੇਂ ਉਸੇ ਸਥਾਨ ਦੇ ਉੱਤੇ 3 ਸੱਸੇ ਇਕੱਠੇ ਹੋ ਗਏ ਸਥਾਨ ਸਮਾਂ ਸਵਾਸ ਅਤੇ ਉਹ ਵਿਧੀ ਜਿਸ ਦੇ ਨਾਲ ਉਹਨਾਂ ਦਾ ਅੰਤ ਹੋਣਾ ਸੀ ਭਾਈ ਉਹ ਪਹੁੰਚ ਗਿਆ। ਇਹ ਕਾਕਾ ਬਲਰਾਜ ਸਿੰਘ ਸੰਘਾ ਮੈਂ ਕਹਿ ਨਹੀਂ ਸਕਦਾ ਇਹਦੇ 'ਚ ਇੰਨੇ ਵੱਡੇ ਗੁਣ ਸਨ ਅਤੇ ਜੋ ਉਮਰ ਦਾ ਕਾਲਮ ਸੀ ਬਹੁਤ ਛੋਟਾ ਸੀ। ਅਖਲਾਕ ਪੱਖੋਂ ਇਮਾਨਦਾਰ ਮਿਹਨਤੀ ਸਾਧੂ ਸੁਭਾਅ ਅਤੇ ਦਿਆਵਾਨ ਐਸਾ ਸੀ ਮੈਂ ਇਹਦੀ ਉਦਾਹਰਨ ਦੇਵਾਂ ਕਾਂਗਰਸ ਸਰਦਾਰ ਹਾਕਮ ਸਿੰਘ ਦੀ ਕੋਠੀ ਦੇ ਵਿੱਚ 6 ਫੁੱਟ ਨਾਗ ਆ ਗਿਆ ਇਹਨਾਂ ਨੇ ਥਮਟ ਪਾਈ ਖੂਹੇ ਦਿਨੋਂ ਨਿਕਲ ਕੇ ਉੱਥੇ ਫੇਰ ਬੈਠ ਗਿਆ। ਕਹਿੰਦੇ ਕਾਂਗਰਸ ਸਾਹਿਬ ਕਹਿੰਦੇ ਵੀ ਮਾਰ ਦਿੰਦੇ ਰਫਲਾ ਕਹਿੰਦਾ ਮਾਰਨਾ ਨਹੀਂ ਇਹਨੂੰ ਬੋਰੀ ਦੇ ਵਿੱਚ ਪਾ ਕੇ ਉੱਥੇ ਗ੍ਰੇਨ 'ਤੇ ਛੱਡ ਆਇਆ। ਆਪ ਅੰਦਾਜ਼ਾ ਲਾਓ ਕਿ ਜਿਹੜਾ ਐਸੇ ਜੀਵਾਂ 'ਤੇ ਵੀ ਦਿਆ ਕਰਦਾ ਸੀ ਇਨਸਾਨ 'ਤੇ ਤਾਂ ਉਹਦੇ ਕਰਨੀ ਕਰਨੀ ਸੀ ਜਿੱਥੇ ਇਹ ਇਸ ਪਰਿਵਾਰ ਨੂੰ ਇਹਦੇ ਜਾਣ ਦਾ ਬਹੁਤ ਵੱਡਾ ਘਾਟਾ ਪਿਆ ਉੱਥੇ ਸਾਡੇ ਨਗਰ ਵਾਸੀਆਂ ਨੂੰ ਸਾਡੇ ਇਲਾਕੇ ਨੂੰ ਬਹੁਤ ਵੱਡੀ ਘਾਟ ਹੋ ਗਈ ਹੈ। ਵਾਹਿਗੁਰੂ ਪਰਮੇਸ਼ੁਰ ਇਸ ਘਾਟ ਨੂੰ ਕਿਵੇਂ ਪੂਰਾ ਕਰੇਗਾ ਉਹ ਵੀ ਜਾਣਦਾ ਹੈ ਕਿਉਂਕਿ ਮੈਂ ਤਾਂ ਇਹੀ ਇਹਨਾਂ ਨੂੰ ਬੇਨਤੀ ਕਰੂੰ ਜੇ ਠਾਕਰ ਸੋ ਨਾ ਵਿਚਾਰਾ ਤਾਂ ਕੋ ਪੀਜੇ ਸਾਧ ਨਾਮ ਸ਼ਮਾਰਾ ਜੋ ਮੰਦਰ ਕੋਲ ਸਾਹਮਣੇ ਥਮਣ ਤੇ ਉਹ ਗੁਰਦਾ ਸਾਧ ਮੰਨੇ ਸਮਣ ਬਾਣੀ ਵੀ ਇਹਨਾਂ ਦੇ ਕੋਲ
ਮਿਹਰਬਾਨ ਨੂੰ ਆਸਰਾ ਦੇ ਸਕਦੀ ਹੈ। ਬਹੁਤ ਵੱਡਾ ਗੁਰਪਾ ਹੈ ਪਰਿਵਾਰ ਵਾਲੀ ਇਹਨਾਂ ਦੇ ਮਾਂ ਬਾਪ ਪਰਿਵਾਰ ਵਾਲੀ ਦੇਖੀਏ ਉਸ ਲੜਕੀ ਵਾਲੀ ਦੇਖੀਏ ਜੋ ਇਹਦੇ ਧਰਮ ਸੀ ਇਹਨਾਂ ਦੇ ਸਪੁੱਤਰਾਂ ਵੱਲ ਭਾਈ ਵੱਲ ਅਤੇ ਭਾਈ ਦੁੱਖ ਬੇਹੱਦ ਜ਼ਿਆਦਾ ਹੈ। ਪਰ ਮੈਂ ਭਾਈ ਗੁਰੂ ਪਰਮੇਸ਼ਰ ਦੇ ਚਰਨਾਂ 'ਚ ਬੇਨਤੀ ਕਰਦਾ ਅਰਦਾਸ ਪਿਛਲੀ ਆਤਮਾ ਦੇ ਚਰਨਾਂ 'ਚ ਅਰਦਾਸ ਵਾਸਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਦਾ ਬਲ ਅਤੇ ਉਦੋਂ ਬਖਸ਼ਿਸ਼ ਕਰੇ। ਹੁਣ ਮੈਂ ਬੇਨਤੀ ਕਰੂੰ ਆਪਣੇ ਜੋ ਸਰਦਾਰ ਸੁਖਪਾਲ ਸਿੰਘ ਜੀ ਗੋਲਬਾਗ ਪ੍ਰਧਾਨ ਟਰੱਕ ਨੂੰ ਵੀ ਰਾਏਪੁਰ ਇਹ ਡਾਕਟਰ ਅਮਰ ਸਿੰਘ IAS ਸੇਵਾ ਮੁਕਤ ਜੋ ਕਿ ਮੀਤ ਪ੍ਰਧਾਨ ਪੰਜਾਬ ਕਾਂਗਰਸ ਕਮੇਟੀ ਦੇ ਹਨ ਉਹਨਾਂ ਦਾ ਇਹ ਸ਼ੋਕ ਸੰਦੇਸ਼ ਪੜ੍ਹ ਕੇ ਸਰਦਾਰ ਸੁਖਪਾਲ ਸਿੰਘ ਜੀ ਗੋਲਬਾਗ ਅੱਜ ਵੀ ਦੂਗਾ ਇਹਦਾ ਡਾਸ ਹਾਜ਼ਰੀ ਲਗਾਉਂਦਾ ਡਾਕਟਰ TPS ਸਿੰਘ ਰਾਏਪੁਰ ਡਾਕਟਰ ਸੁਖਦੀਪ ਸਿੰਘ ਢਿੰਦੋਂ ਰਾਏਪੁਰ ਸੁਖਚਰਨ ਸਿੰਘ ਮੈਂਟੂ ਰਾਏਪੁਰ ਬਲਵੰਤ ਸਿੰਘ ਨੂਰਪੁਰਾ ਮੇਜਰ ਸਿੰਘ ਮੋੜ ਸਰਪੰਚ ਜਗਜੀਤ ਸਿੰਘ ਬੁੱਟਰ OSP ਡਾਕਟਰ ਅਮਰ ਸਿੰਘ ਪਰਮਜੀਤ ਸਿੰਘ ਟੂਸੇ ਬੂਟਾ ਸਿੰਘ ਸਿਰੀਆ ਮਾਤਾ ਗੁਰਦੇਵ ਸਿੰਘ ਧੂਰਪੁਰ ਨਿਰਮਲ ਸਿੰਘ ਜੀ ਤਲਵੰਡੀ ਸੀਨੀਅਰ ਵੈਟਰਨਰੀ ਅਫਸਰ ਸੇਵਾ ਮੁਕਤ ਰਣਜੀਤ ਸਿੰਘ ਭੁੱਲਰ ਭਾਈ ਹੁਣ ਮੈਂ ਬੇਨਤੀ ਕਰੂੰ ਸਰਦਾਰ ਸਤਪਾਲ ਸਿੰਘ ਪ੍ਰਧਾਨ ਤੱਕ ਜਿਵੇਂ ਰਾਏਪੁਰ ਉਹ ਮਾਨਯੋਗ ਡਾਕਟਰ ਅਮਰ ਸਿੰਘ ਸੀਨੀਅਰ ਮੀਤ ਪ੍ਰਧਾਨ ਪੰਜਾਬ ਕਾਂਗਰਸ ਦੀ ਕਮੇਟੀ ਦਾ ਸੋਗ ਸੰਦੇਸ਼ ਸੰਗਤ ਦੇ ਨਾਲ ਪੜ੍ਹ ਕੇ ਅਤੇ ਉਹਨਾਂ ਨੇ ਆਉਣਾ ਸੀ ਪਤਾ ਵੱਡੇ ਆਦਮੀਆਂ ਨੂੰ ਕਿੰਨੇ ਵਜੀਵੇ ਹੁੰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਸਾਂ ਗੁਰਾਂ ਦੀ ਜੋਤ ਹਾਜ਼ਰ ਹਾਜ਼ਰ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਬੈਠੇ ਗੁਰੂ ਰੂਪ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦੇ ਫਰਮਾਨ ਅਨੁਸਾਰ ਦਰਿਆ ਦੇ ਕੰਨੇ ਬਦਲਾ ਬੈਠਾ ਕੇਲ ਕਰੇ ਕੇਲ ਕਰੇ ਦੇ ਹੰਜ ਨੂੰ ਅਜਿੰਤੇ ਵਾਜਪੇ ਅਜਿੰਤੇ ਵਾਜਪੇ ਤੇ ਸ ਰੱਬ ਦੇ ਕੇਲਾਂ ਵਿਸਰੀਆਂ ਜੋ ਚਿਤ ਚੇਤੇ ਨਾਲ ਸਨ ਸੋ ਗਾਲੀ ਰੱਬ ਦੀਆਂ। ਅੱਜ ਤੋਂ ਕੁਝ ਦਿਨ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਹਾਕਮ ਸਿੰਘ ਜੀ ਡਾਇਰੈਕਟਰ ਸਾਬਕਾ ਡਾਇਰੈਕਟਰ ਲੈਂਡਮਾਰਕ ਰੈਕੋਟ ਉਹਨਾਂ ਦੇ ਹੋਣ ਹੱਥ ਪੁੱਤਰ ਸਰਦਾਰ ਬਲਰਾਜ ਸਿੰਘ ਜੀ ਜੋ ਕਿ ਸਾਡੇ ਨਾਲੋਂ ਸਦਾ ਲਈ ਵਿਛੜ ਗਏ ਬਹੁਤ ਹੀ ਇੱਕ ਪਹਾੜ ਜਿਹੜਾ ਜਿਹੜਾ ਦੁੱਖਾ ਉਹ ਸਰਦਾਰ ਹਾਕਮ ਸਿੰਘ ਜੀ ਅਤੇ ਸਮੁੱਚੇ ਪਰਿਵਾਰ 'ਤੇ ਆਣ ਪਿਆ ਜੋ ਕਿ ਵਧੀਆ ਇੱਕ ਹੱਸਦਾ ਵੱਸਦਾ ਪਰਿਵਾਰ ਕੁਝ ਹੀ ਸਮੇਂ ਦੇ ਵਿੱਚ ਬਹੁਤ ਹੀ ਵੱਡੇ ਸਦਮੇ ਦੇ ਵਿੱਚ ਜਿਹੜਾ ਜਾ ਪੁੱਜਾ ਕਿਉਂਕਿ ਜਦੋਂ ਨੌਜਵਾਨ ਧੀਆਂ ਪੁੱਤਰ ਬਜ਼ੁਰਗਾਂ ਦੇ ਹੁੰਦਿਆਂ ਹੋਇਆਂ ਇਸ ਸਮਾਜ ਤੋਂ ਜਾਂਦੇ ਨੇ ਤਾਂ ਬਹੁਤ ਵੱਡਾ ਜਿਹੜਾ ਦੁੱਖ ਆ ਉਹ ਮਾਂ ਬਾਪ ਨੂੰ ਹੁੰਦਾ ਵਾ ਅਜਿਹੇ ਦੁੱਖ ਪੁੱਤਰਾਂ ਦੇ ਦੁੱਖ ਮਾਂ ਬਾਪ ਨੂੰ ਜਿਹੜੇ ਘੁਣ ਵਾਂਗੂ ਖਾ ਜਾਂਦੇ ਹਨ ਜਿਸ ਤਰ੍ਹਾਂ ਕਿਸੇ ਲੱਕੜੀ ਆ ਉਹ ਲੱਕੜੀ ਨੂੰ ਘੁਣਾ ਖਾ ਜਾਂਦਾ ਹੈ ਇਸੇ ਤਰ੍ਹਾਂ ਅਜਿਹੇ ਜਿਹੜੇ ਦੁੱਖ ਆ ਨੌਜਵਾਨ ਪੁੱਤਰਾਂ ਦੇ ਦੁੱਖ ਜਿਹੜੇ ਮਾਂ ਅਤੇ ਬਾਪ ਨੂੰ ਜਦੋਂ ਝੜਨੇ ਪੈਂਦੇ ਆ ਬਹੁਤ ਜਿਹੜਾ ਵੱਡਾ ਦੁੱਖ ਹੁੰਦਾ ਵਾ ਇਹਨੂੰ ਸ਼ਬਦਾਂ 'ਚ ਵਰਣਨ ਕਰਨਾ ਬਹੁਤ ਔਖਾ ਵਾ ਕਿਉਂਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਹਾਕਮ ਸਿੰਘ ਜੀ ਡਾਇਰੈਕਟਰ ਸਾਹਿਬ ਜਿਸ ਤਰ੍ਹਾਂ ਉਹਨਾਂ ਦੀ ਜਿਹੜੀ ਆਪਦੀ ਲੈਣ ਸਮਾਜ ਸੇਵਾ ਦੀ ਲੈਣ ਗਰੀਬ ਵਰਗ ਦੇ ਲੋਕਾਂ ਲਈ ਹਰ ਸਮੇਂ ਸੇਵਾ ਲਈ ਤਤਪਰ ਰਹਿਣਾ ਮੇਰੇ ਨਾਲ ਵੀ ਮੇਰੇ ਸਵਰਗਵਾਸੀ ਪਿਤਾ ਜੀ ਸਰਦਾਰ ਸੰਤੋਖ ਸਿੰਘ ਜੀ ਨਾਲ ਵੀ ਸਰਦਾਰ ਹਾਕਮ ਸਿੰਘ ਜੀ ਦਾ ਕਾਫ਼ੀ ਲੰਬੇ ਸਮੇਂ ਤੋਂ ਪਿਆਰ ਆ ਮੇਰੇ ਨਾਲ ਸਰਦਾਰ ਹਾਕਮ ਸਿੰਘ ਜੀ ਲੈਂਡਮਾਰਕ ਬੈਂਕ ਦੇ ਵਿੱਚ ਅਸੀਂ ਇਕੱਠੇ 5 ਸਾਲ ਦਾ ਸਮਾਂ ਬਤੀਤ ਕਰਿਆ ਇਹਨਾਂ ਵਿੱਚ ਜਿਸਨੇ ਗੁਣ ਸਨ ਉਸ ਤੋਂ ਵੱਧ ਗੁਣ ਸਰਦਾਰ ਬਲਰਾਜ ਸਿੰਘ ਦੇ ਵਿੱਚ ਸਨ ਜਿਨ੍ਹਾਂ ਨੇ ਛੋਟੀ ਉਮਰੇ ਵੱਡੀਆਂ ਮੱਲਾਂ ਮਾਰੀਆਂ
हर समय गरीब लोगों की सेवा के लिए तत्पर रहना, हर समय इस घर के बच्चे आना जाना लोगों का बनिया रहता सी। मैं कहना बहुत सारे जेडे लोड़वंद परिवार है, कई बार इतने प्रसादा पानी या चाह पानी ने इस परिवार का बहुत दिन दलियाई वाला जोड़ा काम सीगा वो वैसे तो मिलया। उस तरह ही बलराज सिंह जी उन्होंने सरदार हाकम सिंह जी के नक्शे कदम से चलते हुए समाज के बच्चे उन्होंने रह के बहुत वाहवा खटी, छोटी उम्र बहुत बड़िया फलांगा पुटिया, जिदे जो साड़ी स्पोर्ट्स क्लब आदि मीत प्रधान भी रहे, एग्रीकल्चर सोसाइटी के मैंबर भी बने, बेअंत नगर के सांझे कामों के बलराज का बहुत बड़ा जरा समय समय अनुसार गरीब वर्ग के लोगों के लिए बहुत बड़ा योगदान सी। जो ये दुख आ जोड़े समाज सेवी परिवारों पर पेंदे आ, ठीक है परिवार को तो रिश्तेदार को तो घाटा पैना वा, पर समाज को बहुत बड़ा घाटा पैदा वा जो अजिहे सूझवान नौजवान जोड़े आगू आप समाज में चले जाते हैं, उन्होंने दबे कुचड़े लोगों को बहुत बड़ा जोड़ा वा एक घाटा पैदा वा, क्योंकि हर समय बलराज लोगों के काम धंधे के लिए दफ्तर जाना के लोगों के काम कराने वो एक माण महसूस समझते सन, पर अचानक जो पहाड़ जो दुख है जो परिवार से आन पिया, ये परिवार को सहन के योग नहीं सी क्योंकि बच्चे हले छोटे ने, फिर भी इस परिवार में बहुत बड़ा जो घाटा पिया वा। पर साढ़े परम मित्र सैकटरी भिंदर सिंह जी जिन्हों की सपुत्री काका बलराज ब्याही सी उन्होंने बहुत बड़ा जोड़ा वा दुख वो होया वा, क्योंकि धिया के दुख बहुत बड़े दुख होंगे ने, बेशक सरदार हाकम सिंह जी बहुत सूझवान, पर बच्चिया के जोड़े दुख आ उन्होंने परिवार के लिए सहने बहुत औखे होंगे ने। मैं मित्र परिवार ना भी अपने दर्दियां गहराइया के उन्होंने नाल भी दुख साझा करता वा। अज के इस शोकमय समागम साढ़े बहुत ही सत्कारयोग हलका रैकोट तो कांग्रेस पार्टी की नुमाइंदगी करते डॉक्टर अमर सिंह जी रिटायर्ड IAS उन्होंने वालों अज के शोकमय समागम पहुंचना सी, वो पहला भी परिवार के नाल दुख साझा करके गए हैं, क्योंकि सरदार बलराज सिंह जी कांग्रेस पार्टी का एक वफादार सिपाही से, सरदार हाकम सिंह जी भी काफ़ी लंबे समय तो कांग्रेस पार्टी के लीडर सन, तो डॉक्टर साहब भी परिवार के नाल दुख साझा करके गए हैं। अज डॉक्टर साहब में कुछ सरूप जरूरी जोड़े रुझेवे होने कारण, क्योंकि गुरदासपुर जी इलैक्शन आ उसे कांग्रेस पार्टी की जी है अज की एक कैप्टन अमरिंदर सिंह की मीटिंग रखी है उसे नहीं पहुँच सके, तो होर भी साडे कांग्रेस पार्टी के सीनियर आगू डॉक्टर TP सिंह जी जो कि सरदार हरमिंदर सिंह जी प्रधान साहब के छोटे भरा ने, वह भी पहुंचे ने, उन्होंने नाल सचानंद सिंह जी मैटो जो साडे यूथ आगू ने वह भी पहुंचे ने, डॉक्टर संदीप सिंह जी ढिल्लों वह पहुंचे ने, साडे बहुत ही सीनियर आगू सरदार निर्मल सिंह जी तलवंडी साहब, परमजीत सिंह जी चूसे, रणजीत सिंह जी घुमान, बिज सिंह जी झूसौर, कमांडर गुरदेव सिंह जी धूरकोट, होर साडे बलवंत सिंह जी हलवारा, बहुत सारे कांग्रेसी सीनियर आगू इतने अज के इस शोकमय समागम पहुंचे हुए हैं। मैं डॉक्टर अमर सिंह जी का जो शोक समिट इस परिवार के लिए पहुंचा वा, मैं उन्होंने इतों दो मिनट के लिए पढ़ता वा। डॉक्टर साहब ने शोक समिट भेजा कि बेहद जी रीति अति आप कमाए घले आए नानका सोते उठ जाए, तो महाभाग अनुसार साढ़े बहुत ही सत्कारयोग सरदार बलराज सिंह जी के अंतम दास समय हुए गुरु साहब संघ जी वाहेगुरू जी का खालसा वाहेगुरू जी की फतेह। सत्कारयोग सरदार हाकम सिंह जी मैं आप जी के सपुत्र काका बलराज सिंह के स्वर्गवास होने की बहुत ही दुखदायी खबर मिली है, तो मैं आप जी के दफ्तर शामिल होने अज भोग से हाजिर होना सी, पर सरकार के बहुत ही जरूरी घेवे होने कारण मैं अज के समय भोग के समागम में शामिल नहीं हो सकता। सो मैं आप जी के दुख में शरीक हों शोक संदेश भेज रहा कि परमात्मा के अरदास करना कि परमात्मा की शक्ति की रूह में चरणा में धनवाद सकते, किसी परिवार को भाणा मनण का बल बख्शे, आप जी की
ਗੱਪੇ ਸ੍ਰੀ ਡਾਕਟਰ ਅਮਰ ਸਿੰਘ ਜੀ ਰਿਟਾਇਰਡ IAS ਵੀ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਉਹਨਾਂ ਵੱਲੋਂ ਇਹ ਸ਼ੋਕ ਸੰਦੇਸ਼ ਦੱਸਿਆ ਗਿਆ ਵਾ। ਸੋ ਦੁਬਾਰਾ ਫਿਰ ਮੈਂ ਪਰਿਵਾਰ ਦੇ ਨਾਲ ਸਰਦਾਰ ਹਾਕਮ ਸਿੰਘ ਜੀ ਨਾਲ ਸਮੁੱਚੇ ਪਰਿਵਾਰ ਨਾਲ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਕਾਂਗਰਸ ਪਾਰਟੀ ਵੱਲੋਂ ਅਤੇ ਟਰੱਕ ਯੂਨੀਅਨ ਰੈਕੋਟ ਵੱਲੋਂ ਨੰਬਰਦਾਰ ਯੂਨੀਅਨ ਰੈਕੋਟ ਵੱਲੋਂ ਦੁੱਖ ਦੇ ਸਦੀਕ ਹੁੰਦਾ ਹੋਇਆ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਹਾਂ ਕਿ ਪਰਮਾਤਮਾ ਉਸ ਵਿਸਰ ਚੁੱਕੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ, ਪਿੱਛੇ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਮਿੱਤਰਾਂ ਨੂੰ, ਸਾਰਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਇੰਨਾ ਕੁਝ ਕਹਿੰਦਾ ਹੋਇਆ ਕਿ ਮੰਦਾ ਜਾਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਰਦਾਰ ਸਤਪਾਲ ਸਿੰਘ ਜੀ ਗੋਲਵਾਲ ਸਾਹਿਬ। ਇਹਨਾਂ ਨੇ ਠੀਕ ਫਰਮਾਇਆ, ਹੁਣ ਜੋ ਹੁੰਦੇ ਹਨ ਵਿਰਸੇ ਜੋ ਮਿਲਦੇ ਆ ਵਿਰਾਸਤ ਦੇ ਵਿੱਚੋਂ, ਅਤੇ ਕਾਰ ਗਿਫਟ ਪਰਮਾਤਮਾ ਨੇ ਵੱਡੇ ਬਹੁਤ ਗੁਣ ਦਿੱਤੇ ਸਨ ਅਤੇ ਚੰਗੀ ਸੰਗਤ ਦੇ ਵਿਚਰਦੇ ਸੀ ਤਾਂ ਗੁਣਾਂ ਦੇ ਵਿੱਚ ਵਾਧਾ ਹੁੰਦਾ ਰਹਿੰਦਾ, ਮਾੜੀ ਸੰਗਤ ਗੁਣਾਂ ਨੂੰ ਤਬਾਹ ਕਰ ਦਿੰਦੀ ਹੈ। ਹੁਣ ਹਾਜ਼ਰੀ ਕਾਂਗਰੇ ਸਰਦਾਰ ਬਖਤਿਆਰ ਸਿੰਘ ਜਿਆਦੇਵਾਲ ਜਿਨ੍ਹਾਂ ਦਾ ਇਸ ਪਰਿਵਾਰ ਦੇ ਨਾਲ ਅਖਾ ਪਿਆਰ, ਸਰਪੰਚ ਗੁਰਪ੍ਰੀਤ ਕੌਰ ਗੁੱਟਰ, ਐਕ ਸਰਪੰਚ ਕਰਪਾਲ ਸਿੰਘ ਜੀ, ਦੀਦੀ ਜੀਆਰਓ ਰਮਦੀਪ ਸਿੰਘ ਜੀ ਲੁਧਿਆਣਾ। ਹੁਣ ਬੇਨਤੀ ਕਰੂੰ ਡੀਪੀ ਜੀਆਰਓ ਸਰਦਾਰ ਪ੍ਰਭਜੀਤ ਸਿੰਘ ਜੀ ਨੱਥੋਵਾਲ, ਜੋ ਕਿ ਲੁਧਿਆਣੇ ਡਿਊਟੀ 'ਤੇ ਤੈਨਾਤ ਹਨ, ਉਹ ਸਮੁੱਚੀ ਸੰਗਤ ਦਾ ਪਰਿਵਾਰ ਵੱਲੋਂ ਧੰਨਵਾਦ ਕਰਨਗੇ। ਡੀਪੀ ਜੀਆਰਓ ਪ੍ਰਭਜੀਤ ਸਿੰਘ ਜੀ ਲੁਧਿਆਣਾ ਜੋ ਕਿ ਨੱਥੋਵਾਲ ਨੇ ਦੱਸਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਅੰਜਲੀ ਦੇ ਵਿੱਚ ਵਿਰਾਜਮਾਨ ਗੁਰੂ ਪਿਆਰੇ ਸਤ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਨੂੰ ਪਤਾ ਹੀ ਹੈ ਵੀ ਅੱਜ ਅਸੀਂ ਸੀ ਦੁੱਖ ਦੀ ਘੜੀ ਦੇ ਵਿੱਚ, ਅੱਜ ਲੈਣ ਵਾਸਤੇ ਅਸੀਂ ਇਕੱਤਰ ਹੋਏ ਹਾਂ। ਮੈਂ ਬਿਨਾਂ ਕਿਸੇ ਭੂਮਿਕਾ ਤੋਂ ਅਤੇ ਬਿਨਾਂ ਰੈਪੀਟੇਸ਼ਨ ਤੋਂ ਮੈਂ ਇੱਕੋ ਹੀ ਗੱਲ ਕਹਾਂਗਾ ਕਿ ਸਾਡਾ ਦੋਸਤ ਬਲਰਾਜ ਸਿੰਘ ਸਾਡੇ ਨਾਲ, ਉਹਦੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਨੇ। ਜਦੋਂ ਵੀ ਅਸੀਂ ਆਪਣੀ ਯਾਦਾਂ ਦੇ ਜ਼ਹਿਰ ਨੂੰ ਲੂਣਾ ਦਿੰਦੇ ਹਾਂ ਜਾਂ ਬਲਰਾਜ ਦਾ ਕਿਸੇ ਨਾ ਕਿਸੇ ਤਰੀਕੇ ਕੋਈ ਜ਼ਿਕਰ ਹੁੰਦਾ ਤਾਂ ਜ਼ਹਿਨ ਦੇ ਵਿੱਚ ਸੈਂਕੜੇ ਉਹ ਯਾਦਾਂ ਮੁੜ ਪਲ ਪੈਂਦੀਆਂ ਨੇ। ਸੋ ਮੈਂ ਉਹਦੀ ਸਿਰਫ ਇੱਕ ਦੋ ਯਾਦਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਇੱਕ ਇੱਕ ਮਿੰਟ ਦੇ ਵਿੱਚ। ਜਿਸ ਦਿਨ ਬਲਰਾਜ ਸਿੰਘ ਦੀ ਡੈਥ ਹੁੰਦੀ ਹੈ ਉਸ ਦਿਨ ਸਾਡੇ ਵੱਡੇ ਵੀਰ ਸਰਦਾਰ ਮਨਪ੍ਰੀਤ ਸਿੰਘ ਜੀ, ਉਹਨਾਂ ਦਾ ਮੈਨੂੰ ਫੋਨ ਆਇਆ ਵੀ ਪ੍ਰਾਪਤੀ ਅੱਜ ਅਸੀਂ ਜਗਰਾਓ ਹਾਂ ਅਤੇ ਜੇ ਟਾਈਮ ਨਾਲ ਵਿਹਲੇ ਹੋ ਗਏ ਤਾਂ ਤੇਰੇ ਕੋਲ ਜ਼ਰੂਰ ਆਵਾਂਗੇ। ਮੈਂ ਮਨਪ੍ਰੀਤ ਨੂੰ ਕਿਹਾ ਮਨਪ੍ਰੀਤ ਯਾਰ ਜ਼ਰੂਰ ਆ ਜਾਇਓ, ਮੈਨੂੰ ਆ ਕੇ ਫੋਨ ਕਰ ਦਿਓ ਅਤੇ ਕੋਸ਼ਿਸ਼ ਕਰਿਓ ਜੇ ਹੋ ਸਕੇ ਤਾਂ ਦੁਪਹਿਰ ਦਾ ਖਾਣਾ ਇਕੱਠੇ ਖਾਵਾਂਗੇ। ਸੋ ਮਨਪ੍ਰੀਤ ਨੇ ਵੀ ਕਿਹਾ ਵੀ ਮੈਂ ਬਲਰਾਜ ਉਹਨਾਂ ਦਾ ਸਾਥ ਦੇਊਂਗਾ, ਅਸੀਂ ਇਕੱਠੇ ਜਗਰਾਓ, ਉਹਨਾਂ ਨੇ ਇਕੱਠੇ ਹੋਣਾ ਸੀ ਵੀ ਆਪਾਂ ਚੱਲਾਂਗੇ। ਉਹ ਖਾਲੀ ਕਹਿ ਰਹੇ ਸੀ ਵੀ ਅੱਗੇ ਹਮੇਸ਼ਾ ਤੇਰੇ ਕੋਲ ਆਏ ਹਾਂ, ਕੋਈ ਨਾ ਕੋਈ ਕੰਮ ਕਰੂੰਗਾ ਤਾਂ ਨਹੀਂ ਆਇਆ, ਵੀ ਅੱਜ ਦੁਪਹਿਰੇ ਵਿਹਲਾ ਹੋ ਅਤੇ ਤੇਰੇ ਕੋਲ ਜ਼ਰੂਰ ਆਵਾਂਗੇ। ਸੋ ਮੈਂ ਵੀ ਵੇਟ ਕਰ ਰਿਹਾ ਸੀ, ਤਕਰੀਬਨ 1:45 ਭਾਣਾ ਵਰਤ ਗਿਆ, 1:30 ਵਜੇ ਦੇ ਕਰੀਬ ਮੈਨੂੰ ਮਨਪ੍ਰੀਤ ਸਿੰਘ ਦਾ ਫੋਨ ਆ ਰਿਹਾ ਸੀ
मैं किसी गलों फोन नहीं उठा सकिया ते मैं 3 बजे दोबारा कॉल की तो उन्हें मेनु ये दुखमयी खबर दी बे आना टेलीफोन सी पर भाणा वरत गया। सो असी गल्लां कर रहे सी भी हो सकता है भी अज भी जो वधी होंगी तो अज लुधियाणे वालों आ जाता तो असी अज इकट्ठे होंगे हो सकता है भाणा ना वरतदा। मेरे को गुरराज का रक्स ही आना जाना बढ़िया रहता सी क्योंकि वो पंचायत का कोई काम हो पिंड का कोई साझा काम हो किसी भी लोड़वंद की कोई लोड़ को पूरा करने वास्ते उन्हें कदे ना नहीं सी कही। मैं गुरु ग्रंथ साहब जी की हजूरी में झूठ नहीं बोलांगा उन्हें अज तक कदे अपने काम वास्ते कदे फोन नहीं किया हमेशा जदों उसका कोई फोन आना जां कोई काम होना तो वह जाता पिंड नाल जुड़िया होंदा सी जां साडी नौजवान पीढ़ी नाल जुड़िया होंदा सी जां किसी लोड़वंद की लोड़ नाल जुड़िया होंदा सी। सो परमात्मा नूं जिवें असी एक धारना बनी है जे चंगे बंदे दी इत्थे लोड़ आ तां उपर भी लोड़ है उन्हें साडे कोलों इत्थे कार सवार के अगे पता नहीं किन्ने कार सवारने सी जां सवारने हन। सो परमात्मा दी रज़ा असी उसकी रजा तो बाहर नहीं जा सकते वाहेगुरु ने उन्होंने जिन्हें श्वासों की पूंजी बख्शी सी अपनी पूरी करके साडे नाल जिन्नी उहदी शरीरक तौर पर सांस सी वह पूरी करके अज वाहेगुरु जी के चरणों विराज गए हैं। सो असी उन्होंने अपने वालों श्रद्धा के फुल भेंट करते हैं अते परिवार के नाल दुख प्रकट करते हैं परमात्मा अगे अरदास करते हैं कि उन्हां दी आत्मा नूं शांति बख्शे। इस ही सानू उन्होंने परिवार को पिछे बच्चों होर रिश्तेदार जो साढ़े दुनियावी रिश्ते ने उन्होंने भाड़ा मनाने का बल बख्शे। सो मैं अपने वालों परिवार वालों समूह संगत का धन्यवाद भी करता कि अज आप वही गिनती के इस उन्होंने अंतिम अरदास में शामिल हो परमात्मा करे साड़ी ये एक एक कदम ਸਾਡੇ ਗੁਰਦਾਰ ਸਿੰਘ ਦੀ ਯਾਦ ਦੇ ਵਿੱਚ ਜੁੜ ਜਾਵੇ ਅਸੀਂ ਜੋ ਇੱਕ ਇੱਕ ਸ਼ਬਦ ਹਮਦਰਦੀ ਦੇ ਪਰਿਵਾਰ ਨਾਲ ਪ੍ਰਗਟ ਕੀਤੇ ਨੇ ਪਰਮਾਤਮਾ ਗੁਰਦਾਸ ਸਿੰਘ ਜੀ ਦੀ ਆਤਮਾ ਨੂੰ ਲਗਾ ਦੇਵੇ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਦੇ ਚਰਨਾਂ 'ਚ ਬੇਨਤੀ ਹੈ ਗੁਰੂ ਕਾ ਲੰਗਰ ਮੇਜਰ ਗੁਰਦੇਵ ਸਿੰਘ ਸਾਹਿਬ ਦੇ ਘਰ ਦੇ ਵਿੱਚ ਤਿਆਰ ਹੈ ਜ਼ਰੂਰਤ ਮੁਤਾਬਕ ਸਾਰਿਆਂ ਨੇ ਗੁਰੂ ਘਰ ਲੰਗਰ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ ਚਾਹੇ ਉਹ ਨਗਰ ਵਾਸੀ ਸੰਗਤ ਆ ਚਾਹੇ ਬਾਹਰੋਂ ਆਈ ਸੰਗਤ ਆ ਸਾਰਿਆਂ ਵਾਸਤੇ ਗੁਰੂ ਘਰ ਲੰਗਰ ਤਿਆਰ ਹੈ। ਰਵਦੀਪ ਸਿੰਘ ਨੇ ਦੱਸਿਆ ਵੀ ਲੁਧਿਆਣੇ ਉਹਨਾਂ ਨੇ ਬੈਠ ਕੇ ਖਾਣਾ ਖਾਣਾ ਸੀ ਪਰ ਉੱਥੇ ਜਾਵੇ ਕਿਵੇਂ ਹਾਂਜੀ ਉਹ ਜਾਵੇ ਵੀ ਕਿਵੇਂ ਕਿਉਂਕਿ ਮਨਪ੍ਰੀਤ ਸਿੰਘ ਦਾ ਪੁੱਤਰ ਨੂੰ ਕਦੇ ਇਹਨੇ ਜਵਾਬ ਨਹੀਂ ਸੀ ਦਿੱਤਾ ਪਰ ਉਹ ਲੁਧਿਆਣੇ ਦੇ ਰਸਤੇ ਕਿਵੇਂ ਪੈ ਸਕਦਾ ਸੀ ਜਗ੍ਹਾ ਦਾ ਉਹਦਾ ਸਥਾਨ ਅੜੀਕ ਰਿਹਾ ਸੀ। ਸੋ ਭਾਈ ਭਾਂਡੇ ਦੇ ਵਿੱਚ ਹੈ ਭਾਈ ਗੁਰੂ ਪਰਮੇਸ਼ਰ ਕਰੇ ਪਿਛਲੀ ਆਤਮਾ ਨੂੰ ਉਹਦੇ ਚਰਨਾਂ 'ਚ ਨਿਵਾਸ ਬਖਸ਼ੇ ਪਰਿਵਾਰ ਨੂੰ ਇਸ ਭਾਂਡੇ ਦਾ ਮੰਨਣ ਦਾ ਬਲ ਅਤੇ ਉਹਨੂੰ ਬਖਸ਼ਿਸ਼ ਕਰੇ ਨਾਮ ਬਾਣੀ ਦੇ ਨਾਲ ਹੀ ਇਸ ਦੁੱਖ ਨੂੰ ਘਟਾਇਆ ਜਾ ਸਕਦਾ ਗੱਲਾਂ ਬਾਤਾਂ ਨਾਲ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹਨਾਂ
Hello, 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 hello